इंडिपेंडेंस डे सेलिब्रेशंस 2022 ਨੂੰ ਮੁੱਖ ਰੱਖਦੇ ਹੋਏ ਕਮਿਸ਼ਨਰੇਟ ਆਫ ਪੁਲਿਸ ਅੰਮ੍ਰਿਤਸਰ ਵਿੱਚ 4200 ਦੇ ਕਰੀਬ ਪੰਜਾਬ ਪੁਲਿਸ ਦੇ ਮੁਲਾਜ਼ਮ 3 ARP ਟੀਮਸ 1 ਸਵੈਟ ਟੀਮ ਨਾਲ 1 ਕੰਪਨੀ BSF ਦੀ ਸੁਰੱਖਿਆ ਅਤੇ ਲਾਅ ਐਂਡ ਆਰਡਰ ਅਰੇਂਜਮੈਂਟਸ ਲਈ ਤੈਨਾਤ ਹੈ। ਅੱਜ ਤਿੰਨੋਂ ਜ਼ੋਨ ADCP ਸਿਟੀ 1, ADCP ਸਿਟੀ 2 ਅਤੇ ADCP ਸਿਟੀ 3 ਦੇ ਏਰੀਆ ਦੇ ਵਿੱਚ ਵੱਖ ਵੱਖ ਜਗ੍ਹਾ 'ਤੇ ਫਲੈਗ ਮਾਰਚਿਸ ਅਤੇ ਸਰਚ ਓਪਰੇਸ਼ਨਸ ਕੀਤੇ ਜਾ ਰਹੇ ਹਨ। ਅਸੀਂ ਰਣਜੀਤ ਐਵਨਿਊ ਇਲਾਕੇ 'ਚ ਖੜ੍ਹੇ ਹਾਂ। ਇੱਥੇ DCP ਲਾਅ ਐਂਡ ਆਰਡਰ ਸਾਹਿਬ ਦੀ ਨਿਗਰਾਨੀ ਦੇ ਵਿੱਚ ਫਲੈਗ ਮਾਰਚ ਕੀਤਾ ਜਾ ਰਿਹਾ ਹੈ, ਜਿਸ ਦੇ ਵਿੱਚ 20 ਗੱਡੀਆਂ ਹੈਗੀਆਂ, ਲਗਭਗ 125 ਮੁਲਾਜ਼ਮ ਇਸ ਦੇ ਵਿੱਚ ਹੈ ਅਤੇ BSF ਦਾ ਵੀ ਕੰਪੋਨੈਂਟ ਉਸ 'ਚ ਹੈ। ਸਰ, BSF ਦੇ ਕਿੰਨੇ ਟੋਟਲ ਮੁਲਾਜ਼ਮ? ਇੱਕ ਕੰਪਨੀ ਜਿਹੜੀ ਹੈ ਡਿਪਲਾਈ ਹੋਈ ਹੈ ਕਮਿਸ਼ਨਰੇਟ ਦੇ ਵਿੱਚ। ਅਤੇ ਸਰ, ਕੋਈ ਥ੍ਰੈਟ ਹੈ, ਕਿਉਂਕਿ ਇਨਪੁਟ ਹੈ ਇਸ ਤਰ੍ਹਾਂ ਦੱਸਿਆ ਜਾ ਰਿਹਾ 75th ਹੈ, ਕੁਛ ਇਨਪੁਟ ਵੀ ਆਈ ਹੈ ਜੀ ਇਸ ਤਰ੍ਹਾਂ? ਹਮੇਸ਼ਾ ਇੰਡੀਪੈਂਡੈਂਸ ਡੇ ਅਤੇ ਰਿਪਬਲਿਕ ਡੇ ਜਿਹੜਾ ਹੈ ਉਹ ਬਹੁਤ ਹੀ ਮਹੱਤਵਪੂਰਨ ਹੁੰਦਾ ਹੈ ਅਤੇ ਉਸ 'ਤੇ ਖਾਸ ਪ੍ਰਬੰਧ ਸੁਰੱਖਿਆ ਦੇ ਕੀਤੇ ਜਾਂਦੇ ਹੈ, ਕਿਉਂਕਿ ਜਿਸ ਤਰ੍ਹਾਂ ਸਾਡੇ ਦੇਸ਼ ਦੇ ਵਿੱਚ ਸੁਰੱਖਿਆ ਏਜੰਸੀਆਂ, ਇੰਟੈਲੀਜੈਂਸ ਏਜੰਸੀਆਂ ਪੂਰਾ ਜ਼ੋਰ ਲਗਾਉਂਦੀਆਂ ਹੈ ਕਿ ਜਿਹੜਾ ਫੰਕਸ਼ਨ ਹੈ ਉਸ 'ਚ ਉਤਸ਼ਾਹ ਬਣਿਆ ਰਹੇ ਅਤੇ ਜੋ ਉਤਸਵ ਮਨਾਇਆ ਜਾ ਰਿਹਾ ਉਸ 'ਚ ਕੋਈ ਵੀ ਦੇਸ਼ ਵਿਰੋਧੀ ਜਾਂ ਐਂਟੀ ਨੈਸ਼ਨਲ ਜਾਂ ਕ੍ਰਿਮੀਨਲ ਐਲੀਮੈਂਟ ਜਿਹੜਾ ਹੈ ਖਲਲ ਨਾ ਪਾਵੇ, ਉਸ ਦੇ ਲਈ ਸਿਕਿਉਰਿਟੀ ਅਰੇਂਜਮੈਂਟਸ ਸਪੈਸ਼ਲ ਕੀਤੇ ਜਾਂਦੇ ਹੈ, ਨੋਰਮਲ ਨਾਲੋਂ ਵੱਧ ਕੇ ਕੀਤੇ ਜਾਂਦੇ ਹੈ। ਕੱਲ੍ਹ ਤਰਨ ਤਾਰਨ 'ਚ ਐਕਸਪਲੋਸਿਵ ਫੜਿਆ ਗਿਆ, ਅੱਜ ਰੂਰਲ ਅੰਮ੍ਰਿਤਸਰ ਪੁਲਿਸ ਵੱਲੋਂ ਪਕੜਿਆ ਗਿਆ, ਅਤੇ ਕਿਆ ਅੰਮ੍ਰਿਤਸਰ 'ਚ ਵੀ ਕੋਈ ਇਸ ਤਰ੍ਹਾਂ ਦੀ ਇਨਪੁਟ ਜਾਂ ਥ੍ਰੈਟ ਹੈਗੀ ਜੀ ਕੋਈ? ਮੈਂ ਪਹਿਲਾਂ ਹੀ ਦੱਸਿਆ ਵੀ ਜਨਰਲ ਥ੍ਰੈਟ ਹੁੰਦੀ ਹੈ ਅਤੇ ਜਨਰਲ ਅਲਰਟਨੈਸ ਕਰਕੇ ਅਲੱਗ ਅਲੱਗ ਜਗ੍ਹਾ 'ਤੇ ਇਸ ਤਰ੍ਹਾਂ ਦੀ ਰਿਕਵਰੀ ਹੋ ਰਹੀ ਹੈ। ਅਸੀਂ ਵੀ ਪੂਰੇ ਅਲਰਟ ਹੈ ਅਤੇ ਜੋ ਵੀ ਕ੍ਰਿਮੀਨਲ ਅਤੇ ਐਂਟੀ ਨੈਸ਼ਨਲ ਐਲੀਮੈਂਟਸ ਹੈਗੇ ਉਹਨਾਂ 'ਤੇ ਕੜੀ ਨਿਗਰਾਨੀ ਰੱਖੀ ਹੋਈ ਹੈ, ਉਹਨਾਂ 'ਤੇ ਰੇਡਸ ਵੀ ਕੀਤੇ ਜਾ ਰਹੇ ਤਾਂ ਕਿ ਸਾਡਾ ਜਿਹੜਾ ਸਿਟੀ ਹੈ ਪੂਰਾ ਸੁਰੱਖਿਅਤ। ਲੇਟ ਨਾਈਟ ਕੁਛ ਲੋਕ ਐਸਾ ਵੀ ਖਬਰਾਂ ਕਿ ਇੱਥੇ ਰਣਜੀਤ ਐਵਨਿਊ ਏਰੀਆ ਦੇ ਵਿੱਚ ਹੀ ਬੈਠ ਕੇ ਗੱਡੀਆਂ 'ਚ ਬੈਠ ਕੇ ਸ਼ਰਾਬ ਪੀਂਦੇ ਸੀ ਖਬਰਾਂ, ਉਹਨੂੰ ਲੈ ਕੇ ਸਰ ਕਿਆ ਕੋਈ? ਉਸ 'ਤੇ ਵੀ ਦਿਨ ਭਰ ਜਿਹੜੇ ਆਪਰੇਸ਼ਨ ਚੱਲ ਰਹੇ, ਅਰਲੀ ਮਾਰਨਿੰਗ ਆਪਰੇਸ਼ਨ ਹੁੰਦੇ ਆ, ਆਫਟਰਨੂਨ, ਈਵਨਿੰਗ ਐਂਡ ਨਾਈਟ ਆਪਰੇਸ਼ਨ। ਕੁਛ ਦਿਨ ਪਹਿਲਾਂ ਹੀ SP City 2 ਸਾਹਿਬ ਨੇ ਜਿਹੜੇ ਵੀ ਐਸੇ ਕਰ ਰਹੇ ਸੀਗੇ ਓਪਨ ਪਬਲਿਕ ਡ੍ਰਿੰਕਿੰਗ, ਉਹਨਾਂ 'ਤੇ ਫੜ ਕੇ ਕਾਰਵਾਈ ਵੀ ਕੀਤੀ। ਸਰ, ਬਿਹਾਰ 'ਚੋਂ 2 ਬੰਦੇ ਪਕੜੇ ਗਏ ਜਿਹੜੇ ਡਾਕਟਰਾਂ ਨੂੰ ਥ੍ਰੈਟ ਕਰਦੇ ਸੀ, ਇੱਕ ਮਾਸਟਰ ਮਾਈਂਡ ਸੀਗਾ ਮਜਰ, ਅਸੀਂ ਉਹਨੂੰ ਸੈਪਰੇਟਲੀ ਕਰ ਲਈ ਪਹਿਲਾਂ ਇੰਡੀਪੈਂਡੈਂਸ ਡੇ ਵਾਲਾ। ਹੋਰ ਕਿਸੇ ਦਾ ਕੋਈ ਪ੍ਰਸ਼ਨ? ਠੀਕ ਹੈ, ਇਨਵੈਸਟੀਗੇਸ਼ਨਸ ਆਰ ਔਨ, ਜਿਹੜੇ ਡਾਕਟਰਸ ਨੂੰ ਕਾਲਸ ਆ ਰਹੀਆਂ ਸੀਗੀਆਂ ਅਤੇ ਜਦੋਂ ਹੀ ਸਾਨੂੰ ਹੋਰ ਫਰਦਰ ਕੋਈ ਤੁਹਾਨੂੰ ਦੱਸਣ ਜੋ ਗੱਲ ਹੋਏਗੀ ਅਸੀਂ ਜ਼ਰੂਰ ਕਾਨਫਰੰਸ ਕਰਾਂਗੇ। ਥੈਂਕ ਯੂ ਸਰ। 15 ਅਗਸਤ ਤੱਕ ਰੈਗੂਲਰ ਅਭਿਆਨ ਚੱਲੇਗਾ ਜੀ ਪੂਰਾ? ਹਾਂ, ਇਹ ਆਲਰੇਡੀ ਪਿਛਲੇ 10-15 ਦਿਨ ਤੋਂ ਚੱਲ ਰਿਹਾ ਹੈਗਾ ਅਤੇ ਅੱਜ ਹੁਣ ਇਹਨੂੰ ਹੋਰ ਅਸੀਂ ਇੰਟੈਂਸੀਫਾਈ ਕਰਤਾ ਹੈਗਾ, ਲਾਸਟ ਰਨ ਅਪ ਟੂ ਇੰਡੀਪੈਂਡੈਂਸ ਡੇ, ਮਤਲਬ ਕਿ ਜੋ ਜੋ ਲਾਗੇ ਹੋ ਰਿਹਾ ਸਾਡੀ ਓਪਰੇਸ਼ਨਸ ਵੱਧ ਰਿਹਾ।